ਸਸਿਕਲ ਦੋਸਤੋ ਸਵਾਗਤ ਹੈ ਆਪ ਜੀ ਦਾ ਇੱਕ ਵਾਰ ਫਿਰ ਤੋਂ ਆਪ ਜੀ ਦੇ ਆਪਣੇ ਚੈਨਲ ਟੀਚਿੰਗ ਵਿਦ ਲਵਜੀਤ ਵਿੱਚ ਅਸੀਂ ਆਪ ਜੀ ਨਾਲ ਪੋਲੀਟੀਕਲ ਨਾਲ ਸੰਬੰਧਿਤ ਵੀਡੀਓ ਸ਼ੇਅਰ ਕਰਦੇ ਆ ਰਹੇ ਹਾਂ ਅੱਜ ਇਹ ਵੀਡੀਓ ਆਪ ਜੀ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਰਾਜਨੀਤਿਕ ਵਿਵਸਥਾ ਆਲਮੰਡ ਦੇ ਅਨੁਸਾਰ ਰਾਜਨੀਤਿਕ ਵਿਵਸਥਾ ਕੀ ਹੈ ਇਸ ਤੋਂ ਪਹਿਲੇ ਆਪ ਜੀ ਨਾਲ ਡੇਵਿਡ ਇਸਟਨ ਨਾਲ ਸੰਬੰਧਿਤ ਰਾਜਨੀਤਿਕ ਵਿਵਸਥਾ ਅਰਥ ਪਰਿਭਾਸ਼ਾਵਾਂ ਤੇ ਡੇਵਿਡ ਇਸਟਨ ਦਾ ਮਾਡਲ ਸ਼ੇਅਰ ਕੀਤਾ ਸੀ ਇਸ ਦਾ ਹੀ ਨੈਕਸਟ ਉਹਨਾਂ ਨੇ ਪੁੱਛਿਆ ਹੋਇਆ ਹੈ डेविड इस्टन ਦੇ ਅਨੁਸਾਰ ਆਲਮੰਡ ਨੇ ਵੀ ਆਪਣੀ ਵਿਚਾਰ ਪੇਸ਼ ਕੀਤੇ ਹਨ ਰਾਜਨੀਤਿਕ ਵਿਵਸਥਾ ਦੇ ਲਈ ਇਸ ਕਰਕੇ ਇਹ ਭਾਗ ਦੂਜਾ ਹੈ ਵੀਡੀਓ ਦਾ ਪਹਿਲੇ ਭਾਗ ਨੂੰ ਆਪ ਜੀ ਦੇਖੋਗੇ ਤਾਂ ਉਸ ਦੇ ਨਾਲ ਹੀ ਦੂਜਾ ਭਾਗ ਆਪ ਜੀ ਨੂੰ ਦੇਖਣਾ ਪਏਗਾ ਕੁਐਸਚਨ ਦੇ ਅਨੁਸਾਰ ਤਾਂ ਆਓ ਸ਼ੁਰੂ ਕਰਦੇ ਹਾਂ ਆਲਮੰਡ ਦੇ ਅਨੁਸਾਰ ਰਾਜਨੀਤਿਕ ਵਿਵਸਥਾ ਤਾਂ ਦੇਖੋ ਆਲਮੰਡ ਦੇ ਅਨੁਸਾਰ ਰਾਜਨੀਤਿਕ ਵਿਵਸਥਾ ਦੇ ਦੋ ਮੁੱਖ ਕਾਰਜ ਹਨ ਨਿਵੇਸ਼ ਕਾਰਜ ਅਤੇ ਨਿਕਾਸ ਕਾਰਜ ਇਹ ਹੀ ਨਿਵੇਸ਼ ਤੇ ਨਿਕਾਸ ਕਾਰਜ ਡੇਵਿਡ ਐਸਟਨ ਦੇ ਅਨੁਸਾਰ ਹਨ ਤੇ ਇਹ ਹੀ ਨਿਵੇਸ਼ ਅਤੇ ਨਿਕਾਸ ਕਾਰਜ ਆਲਮੰਡ ਦੇ ਅਨੁਸਾਰ ਹਨ ਬਾਕੀ ਦੇਖਦੇ ਹਾਂ ਕਿ ਇਹਨਾਂ ਦੋਨਾਂ ਵਿੱਚ ਫਰਕ ਹੈ ਪਹਿਲੇ ਨਿਵੇਸ਼ ਕਾਰਜ ਦੇਖਦੇ ਹਾਂ ਤਾਂ ਨੰਬਰ 1 ਦੇਖੋ ਰਾਜਨੀਤਿਕ ਸਮਾਜਿਕरण ਅਤੇ ਭਰਤੀ ਨੰਬਰ 2 ਦੇਖੋ ਹਿੱਤ ਸਪਸ਼ਟੀਕਰਨ ਨੰਬਰ 3 ਦੇਖੋ ਹਿੱਤ ਸਮੂਹੀਕਰਨ ਨੰਬਰ 4 ਦੇਖੋ ਰਾਜਨੀਤਿਕ ਸੰਚਾਰ ਅਗੇ ਨੰਬਰ 2 2 ਦੇਖੋ ਨਿਕਾਸ ਕਰ ਹੈ ਤੇ ਨਿਕਾਸ ਕਰ ਹੈ ਜੀ ਪਹਿਲਾ ਕਾਰਜ ਉਹਨਾਂ ਨੇ ਦੱਸਿਆ ਹੈ ਨਿਯਮ ਨਿਰਮਾਨ ਕਰ ਹੈ ਨੰਬਰ 2 ਦੇਖੋ ਨਿਯਮ ਲਾਗੂ ਕਰਨ ਦਾ ਕਾਰਜ ਅਤੇ ਨੰਬਰ 3 ਦੇਖੋ ਨਿਜਮਾ ਦੇ ਅਨੁਸਾਰ ਫੈਸਲੇ ਦੇਣ ਦਾ ਕਾਰਜ ਤਾਂ ਦੇਖੋ ਸਭ ਤੋਂ ਪਹਿਲੇ ਨਿਵਾਸ ਕਾਰਜ ਨਿਵੇਸ਼ ਕਾਰਜ ਕਰਾਂਗੇ ਕਿ ਨਿਵੇਸ਼ ਕਾਰਜ ਜਿਹੜੇ ਉਹਨਾਂ ਕੀ ਹੁੰਦੇ ਹਨ ਨਿਵੇਸ਼ ਕਾਰਨ ਰਾਜਨੀਤਿਕ ਪ੍ਰਣਾਲੀ ਦੇ ਗੈਰ ਸਰਕਾਰੀ ਢਾਂਚੇ ਹਨ ਜਿਵੇਂ ਰਾਜਨੀਤਿਕ ਦਲਾਂ ਦਬਾਅ ਸਮੂਹਾ ਸਮਾਚਾਰ ਪਤਰਾ ਆਦਿ ਦੁਆਰਾ ਕੀਤੇ ਜਾਂਦੇ ਹਨ ਤੋ ਦੇਖੋ ਨੰਬਰ 1 ਦੇਖੋ ਰਾਜਨੀਤਿਕ ਸਮਾਜਿਕरण ਅਤੇ ਵਰਤੀ ਰਾਜਨੀਤਿਕ ਸਮਾਜਿਕरण ਉਹ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਲੋਕਾਂ ਦੇ ਮੁੱਲਾਂ ਅਤੇ ਵਿਸ਼ਵਾਸਾਂ ਦਾ ਜਿਹੜਾ ਨਿਰਮਾਣ ਕੀਤਾ ਜਾਂਦਾ ਹੈ ਆਲਮੰਡ ਦਾ ਮੰਨਣਾ ਹੈ ਕਿ ਰਾਜਨੀਤਿਕ ਸਮਾਜਿਕरण ਅਜਿਹੀ ਵਿਧੀ ਹੈ ਜਿਸ ਦੇ ਦੁਆਰਾ ਰਾਜਨੀਤਿਕ ਸੰਪਤੀ ਨੂੰ ਕਾਇਮ ਰੱਖਿਆ ਜਾਂਦਾ ਹੈ ਜਾਂ ਬਦਲਿਆ ਜਾਂਦਾ ਹੈ ਰਾਜਨੀਤਿਕ ਸਮਾਜਿਕरण ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਰਾਜਨੀਤਿਕ ਦਲ ਦਬਾਅ ਸਮੂਹ ਸਮਾਚਾਰ ਪੱਤਰ ਆਦੀ ਅਜਿਹੇ ਬਹੁਤ ਸਾਰੇ ਸਾਧਨ ਹਨ ਜੋ ਲੋਕਾਂ ਨੂੰ ਸਰਕਾਰ ਦੀਆਂ ਕਮਜ਼ੋਰੀਆਂ ਨਾਲ ਜਾਣੂ ਕਰਵਾਉਂਦੇ ਹਨ ਅੱਗੇ ਦੇਖੋ ਰਾਜਨੀਤੀ ਸਮਾਜਿਕ ਕਰਨ ਦੀ ਜਿਹੜੀ ਗਤੀ ਹੈ ਉਹ ਕਿੰਨੀ ਹੁੰਦੀ ਹੈ ਰਾਜਨੀਤੀ ਸਮਾਜਿਕ ਕਰਨ ਦੀ ਗਤੀ ਸਰਕਾਰ ਦੀ ਕਿਸਮ ਤੇ ਨਿਰਭਰ ਕਰਦੀ ਹੈ ਜਾਂ ਅਧਾਰਿਤ ਹੁੰਦੀ ਹੈ ਜਿਵੇਂ ਲੋਕਤੰਤਰੀ ਸਰਕਾਰ ਵਿੱਚ ਇਹ ਗਤੀ ਜਿਹੜੀ ਹੈ ਬਹੁਤ ਤੇਜ਼ ਹੁੰਦੀ ਹੈ ਕਿਉਂਕਿ ਲੋਕਤੰਤਰੀ ਸਰਕਾਰ ਵਿੱਚ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਜਿਹੜੀ ਆ ਉਹ ਆਜ਼ਾਦੀ ਹੁੰਦੀ ਹੈ ਇਸ ਕਰਕੇ ਲੋਕਤੰਤਰੀ ਸਰਕਾਰ ਵਿੱਚ ਹੀ ਗਤੀ ਤੇਜ਼ ਹੁੰਦੀ ਹੈ ਅੱਗੇ ਦੇਖੋ ਭਰਤੀ ਆਲਮੰਡ ਅਨੁਸਾਰ ਆਇਨਤਿਕ ਵਿਵਸਥਾ ਵਿੱਚ ਭਰਤੀ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਅਤੇ ਨਵੇਂ ਵਿਅਕਤੀ ਜਿਹੜੇ ਹਨ ਪੁਰਾਣੇ ਵਿਅਕਤੀ ਬਦਲ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੀ ਥਾਂ ਤੇ ਜਿਹੜੇ ਨਵੇਂ ਵਿਅਕਤੀ ਜਿਹੜੇ ਹਨ ਉਹ ਭਰਤੀ ਕਰ ਲਏ ਜਾਂਦੇ ਹਨ ਹਿੱਤ ਸਪਸ਼ਟੀਕਰਨ ਦੇਖੋ ਆਲਮੰਡ ਦਾ ਮੰਨਣਾ ਹੈ ਕਿ ਹਰੇਕ ਰਾਜਨੀਤਿਕ ਪ੍ਰਣਾਲੀ ਵਿੱਚ ਹਿੱਤ ਸਪਸ਼ਟੀਕਰਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਉਸਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਹਰੇਕ ਵਿਅਕਤੀ ਦੀਆਂ ਕੁਝ ਮੰਗਾਂ ਉਦੇਸ਼ ਇੱਛਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਪੂਰਤੀ ਉਹ ਸਰਕਾਰਾਂ ਦੁਆਰਾ ਕਰਨਾ ਚਾਹੁੰਦੇ ਹਨ ਆਲਮੰਡਾ ਮੰਨਣਾ ਹੈ ਕਿ ਇਹਨਾਂ ਮੰਗਾਂ ਨੂੰ ਦਬਾਉਣਾ ਨਹੀਂ ਚਾਹੀਦਾ ਬਲਕਿ ਸਰਕਾਰਾਂ ਦੁਆਰਾ ਇਹਨਾਂ ਮੰਗਾਂ ਦੀ ਵੱਧ ਤੋਂ ਵੱਧ ਜਿਹੜੀ ਹੈ ਉਹ ਪੂਰਤੀ ਕੀਤੀ ਜਾਣੀ ਚਾਹੀਦੀ ਹੈ ਅੱਗੇ ਦੇਖੋ ਹਿੱਤ ਸਮੂਹੀਕਰਨ ਤਾਂ ਦੇਖੋ ਰਾਜਨੀਤਿਕ ਵਿਵਸਥਾ ਵਿੱਚ ਮੰਗਾਂ ਦੀ ਪੂਰਤੀ ਲਈ ਸਮੂਹਿਕ ਹਿੱਤਾਂ ਦੁਆਰਾ ਪ੍ਰਤੀਕਿਰਿਆਵਾਂ ਕੀਤੀਆਂ ਜਾਂਦੀ ਹਨ ਇਹਨਾਂ ਸਮੂਹਾਂ ਦੁਆਰਾ ਮੰਗਾਂ ਦੀ ਪੂਰਤੀ ਲਈ ਕੋਈ ਵਿਸ਼ੇਸ਼ ਨੀਤੀਆਂ ਜਾਂ ਫੈਸਲੇ ਨਹੀਂ ਲਏ ਜਾਂਦੇ ਜੇਕਰ ਲੋਕਾਂ ਦੀਆਂ ਕੁਝ ਮੰਗਾਂ ਹੁੰਦੀਆਂ ਹਨ ਤਾਂ ਇਹਨਾਂ ਮੰਗਾਂ ਨੂੰ ਸਮੂਹਿਕ ਜਾਂ ਪਿੰਨ-ਪਿੰਨ ਸੰਗਠਨਾ ਦੁਆਰਾ ਜਿਹੜਾ ਹੈ ਪਿੰਨ-ਪਿੰਨੇ ਸੰਗਠਨਾਂ ਨੂੰ ਇਹਨਾਂ ਮੰਗਾਂ ਨੂੰ ਮਨਵਾਉਣ ਲਈ ਜਿਹੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਫਿਰ ਨੀਤੀਆਂ ਜਾਂ ਫੈਸਲੇ ਲਏ ਜਾਂਦੇ ਹਨ ਇਸ ਪ੍ਰਕਿਰਿਆ ਨੂੰ ਹੀ ਹਿੱਤ ਸਮੂਹੀਕਰਨ ਕਿਹਾ ਜਾਂਦਾ ਹੈ ਅੱਗੇ ਦੇਖੋ ਰਾਜਨੀਤਿਕ ਸੰਚਾਰ ਰਾਜਨੀਤਿਕ ਵਿਵਸਥਾ ਵਿੱਚ ਨੀਤੀਆਂ ਨਿਰਮਾਣ ਜਾਹਿਤ ਸਮੂਹੀਕਰਨ ਹਿੱਤ ਸਪਸ਼ਟੀਕਰਨ ਤਾਂ ਹੀ ਸੰਭਵ ਹੈ ਜੇਕਰ ਸੰਚਾਰ ਦਾ ਸਾਧਨ ਵਧੀਆ ਹੋਵੇ ਅੱਗੇ ਦੇਖੋ ਨੰਬਰ 2 ਨਿਕਾਸ ਕਾਰਜ ਤਾਂ ਨਿਕਾਸ ਕਾਰਜ ਵਿੱਚ ਪਹਿਲਾ ਕਾਰਜ ਆਪ ਜੀ ਨਾਲ ਸਾਂਝਾ ਕੀਤਾ ਸੀ ਨਿਜਮ ਨਿਰਮਾਣ ਕਾਰਜ ਤਾਂ ਦੇਖੋ ਮਨੁੱਖਾਂ ਦੇ ਆਪਸੀ ਸਬੰਧਾਂ ਨੂੰ ਨਿਜਮਤ ਕਰਨ ਲਈ ਨਿਯਮਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਿਯਮਾ ਦੇ ਬਿਨਾ ਸਮਾਜ ਵਿੱਚ ਅਰਾਜਕਤਾ ਫੈਲ ਜਾਂਦੀ ਹੈ ਰਾਜਨੀਤਿਕ ਪ੍ਰਣਾਲੀ ਦਾ ਇਸ ਲਈ ਹੀ ਨਿਯਮ ਨਿਰਮਾਣ ਦਾ ਕਾਰਜ ਜਿਹੜਾ ਬਹੁਤ ਹੀ ਮਹੱਤਵਪੂਰਨ ਅਤੇ ਪਹਿਲਾ ਕਾਰਜ ਹੈ ਨਿਕਾਸ ਪ੍ਰਕਿਰਿਆ ਵਿੱਚ ਰਾਜਨੀਤਿਕ ਪ੍ਰਣਾਲੀ ਵਿੱਚ ਨਵੇਂ ਨਿਯਮ ਬਣਾਏ ਜਾਂਦੇ ਹਨ ਅਤੇ ਜ਼ਰੂਰਤ ਪੈਣ ਤੇ ਪੁਰਾਣੇ ਨਿਯਮ ਬਦਲ ਦਿੱਤੇ ਜਾਂਦੇ ਹਨ ਤੇ ਦੇਖੋ ਨਿਕਾਸ ਕਾਰਜ ਵਿੱਚ ਦੂਜਾ ਕਾਰਜ ਹੈ ਨਿਯਮ ਲਾਗੂ ਕਰਨਾ ਤਾਂ ਨਿਯਮ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਬਣਾਏ ਜਾਣ ਪਰੰਤੂ ਆਲਮੰਡ ਦਾ ਮੰਨਣਾ ਹੈ ਕਿ ਜੇਕਰ ਇਹਨਾਂ ਨਿਯਮਾਂ ਨੂੰ ਜੇਕਰ ਵਧੀਆ ਢੰਗ ਨਾਲ ਲਾਗੂ ਨਹੀਂ ਕੀਤਾ ਜਾਏ ਤਾਂ ਇਹਨਾਂ ਨਿਯਮਾਂ ਦੀ ਉਪਯੋਗਿਕਤਾ ਖਤਮ ਹੋ ਜਾਂਦੀ ਹੈ ਇਸ ਲਈ ਨਿਕਾਸ ਕਾਰਜਾਂ ਵਿੱਚ ਨਿਯਮ ਲਾਗੂ ਕਰਨ ਦਾ ਕਾਰਜ ਜਿਹੜਾ ਬਹੁਤ ਹੀ ਮਹੱਤਵਪੂਰਨ ਕਾਰਜ ਹੈ ਨੰਬਰ 3 ਦੇਖੋ ਨਿਯਮਾਂ ਦੇ ਅਨੁਸਾਰ ਫੈਸਲੇ ਦੇਣ ਦਾ ਕਾਰਜ ਇਹ ਤੀਸਰਾ ਕਾਰਜ ਹੈ ਨਿਕਾਸ ਕਾਰਜਾਂ ਵਿੱਚ ਆਲਮੰਡ ਦਾ ਮੰਨਣਾ ਹੈ ਕਿ ਨਿਯਮ ਭਾਵੇਂ ਕਿੰਨੇ ਵੀ ਚੰਗੀ ਤਰ੍ਹਾਂ ਲਾਗੂ ਕੀਤੇ ਜਾਣ ਕਿਉਂ ਨਾ ਕੀਤੇ ਜਾਣ ਉਹਨਾਂ ਨਿਯਮਾਂ ਦੀ ਉਲੰਘਣਾ ਦਾ ਡਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਰਾਜਨੀਤਿਕ ਵਿਵਸਥਾ ਦੁਆਰਾ ਸਮੇਂ-ਸਮੇਂ ਤੇ ਨਿਯਮ ਬਣਾਏ ਜਾਂਦੇ ਹਨ ਲਾਗੂ ਕੀਤੇ ਜਾਂਦੇ ਹਨ ਉਹਨਾਂ ਦੇ ਸਮੇਂ-ਸਮੇਂ ਸਿਰ ਸਹੀ ਫੈਸਲੇ ਵੀ ਲੈ ਜਾਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਚਲਦੀ ਰਹੇ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਅਰਾਜਕਤਾ ਨਾ ਫੈਲ ਸਕੇ ਅਤੇ ਨਿਯਮਾਂ ਅਨੁਸਾਰ ਫੈਸਲੇ ਦੇਣ ਦਾ ਜਿਹੜਾ ਕਾਰਜ ਹੈ ਰਾਜਨੀਤਿਕ ਵਿਵਸਥਾ ਵਿੱਚ ਜਿਹੜਾ ਹੈ ਉਹ ਚਲਦਾ ਰਹੇ ਇਸ ਕਰਕੇ ਨਿਜਮ ਨਿਕਾਸ ਕਾਰਜਾਂ ਵਿੱਚ ਜਿਹੜਾ ਹੈ ਰਾਜਨੀਤਿਕ ਨਿਜਮ ਨਿਜਮਾ ਦੇ ਅਨੁਸਾਰ ਫੈਸਲੇ ਦੇਣ ਦਾ ਕਾਰਜ ਬਹੁਤ ਹੀ ਮਹੱਤਵਪੂਰਨ ਕਾਰਜ ਜਿਹੜਾ ਇਹ ਮੰਨਿਆ ਜਾਂਦਾ ਹੈ ਅੱਗੋਂ ਦੇਖਦੇ ਹਾਂ ਸਿੱਟਾ ਉਪਰੋਕਤ ਸਾਰੇ ਵਿਚਾਰ ਚਰਚਾ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਆਲਮੰਡ ਦੁਆਰਾ ਰਾਜਨੀਤਿਕ ਵਿਵਸਥਾ ਨੂੰ ਪੇਸ਼ ਕਰਨ ਕਰਦਾ ਨਿਵੇਸ਼ ਨਿਕਾਸ ਵਿਵਸਥਾ ਦਾ ਸਿਧਾਂਤ ਬਹੁਤ ਹੀ ਮਹੱਤਵਪੂਰਨ ਅਤੇ ਪ੍ਰਸਿੱਧ ਸਿਧਾਂਤ ਹੈ ਇੱਕ ਲੜੀ ਦੇ ਰੂਪ ਵਿੱਚ ਇਸ ਸਿਧਾਂਤ ਨੂੰ ਪੇਸ਼ ਕਿਤਾ ਗਿਆ ਰਾਜਨੀਤਿਕ ਸਮਾਜਿਕरण ਅਤੇ ਵਰਤੀ ਅਤੇ ਤੋਂ ਆਰੰਭ ਹੁੰਦੀ ਹੁੰਦੀ ਹੋਈ ਨਿਵੇਸ਼ ਪ੍ਰਕਿਰਿਆ ਹਿੱਤ ਸਮੂਹੀਕਰਨ ਅਤੇ ਹਿੱਤ ਸਪਸ਼ਟੀਕਰਨ ਵੱਲ ਵੱਧਦੀ ਇਸ ਪ੍ਰਕਿਰਿਆ ਨੂੰ ਜਾਂ ਇਸ ਵਿਵਸਥਾ ਨੂੰ ਪੇਸ਼ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਨਿਕਾਸ ਵਿਵਸਥਾ ਨੂੰ ਵੀ ਬਹੁਤ ਹੀ ਨਿਯਮਬੰਦ ਤਰੀਕੇ ਨਾਲ ਜੋ ਹੈ ਪ੍ਰਸਤੁਤ ਕੀਤਾ ਗਿਆ ਹੈ ਆਲਮੰਡ ਦੇ ਦੁਆਰਾ ਅੱਗੇ ਦੇਖਦੇ ਹਾਂ ਆਲੋਚਨਾ ਭਾਵੇਂ ਆਲਮਨ ਦੁਆਰਾ ਪ੍ਰਸਤੁਤ ਕੀਤਾ ਗਿਆ ਇਹ ਸਿਧਾਂਤ ਬਹੁਤ ਹੀ ਮਹੱਤਵਪੂਰਨ ਅਤੇ ਸੂਪਰ ਸਿੱਧੂ ਸਿਧਾਂਤ ਹੈ ਪਰੰਤੂ ਫਿਰ ਵੀ ਇਸ ਸਿਧਾਂਤ ਵਿੱਚ ਬਹੁਤ ਸਾਰੀਆਂ ਘਾਟਾਂ ਜਿਹੜੀਆਂ ਉਨਪਾਈ ਜਾਂਦੀਆਂ ਨੰਬਰ 1 ਦੇਖਦੇ ਹਾਂ ਰਾਜਨੀਤਿਕ ਸਮਾਜਿਕरण ਅਤੇ ਭਰਤੀ ਬਲਾ ਪਹਿਲੂ ਸਪਸ਼ਟ ਨਹੀਂ ਹੈ ਭਰਤੀ ਕਿਸ ਪ੍ਰਕਾਰ ਹੋਣੀ ਚਾਹੀਦੀ ਹੈ ਅਤੇ ਭਰਤੀ ਕਿੰਨਾ ਵਿਅਕਤੀਆਂ ਦੀ ਹੋਣੀ ਚਾਹੀਦੀ ਹੈ ਇਹ ਜਿਹੜੀ ਗੱਲ ਆ ਉਹ ਆਲਮੰਡ ਸਪਸ਼ਟ ਨਹੀਂ ਕਰ ਪਾਏ ਹਨ ਆਪਣੇ ਰਾਜਨੀਤਿਕ ਸਮਾਜਿਕ ਨਾਤੇ ਭਰਤੀ ਵਾਲੇ ਪੁਆਇੰਟ ਵਿੱਚ ਨੰਬਰ 2 ਦੇਖੋ ਰਾਜਨੀਤਿਕ ਵਿਵਸਥਾ ਵਿੱਚ ਲੋਕਾਂ ਦੇ ਹਿੱਤ ਕੀ ਹੋਣੇ ਚਾਹੀਦੇ ਹਨ ਅਤੇ ਉਹਨਾਂ ਦੀਆਂ ਸੀਮਾਵਾਂ ਹੋਣੀਆਂ ਚਾਹੀਦੀਆਂ ਹਨ ਤੇ ਕਿ ਕਿਹੜੀਆਂ ਕਿੰਨੀਆਂ ਸੀਮਾਵਾਂ ਹੋਣੀਆਂ ਚਾਹੀਦੀਆਂ ਕਿਹੜੀਆਂ ਸੀਮਾਵਾਂ ਹੋਣੀਆਂ ਚਾਹੀਦੀਆਂ ਹਨ ਜੋ ਵਿਵਸਥਾ ਦੌਰ ਲਗਾਈ ਜਾਣੀ ਚਾਹੀਦੀਆਂ ਇਹ ਵੀ ਸਪਸ਼ਟ ਨਹੀਂ ਹੈ ਨੰਬਰ ਤਿੰਨ ਦੇਖੋ ਤਿੰਨ ਦੇਖੋ ਕਿਹੜੇ ਸਮੂਹ ਆਪਸ ਵਿੱਚ ਮਿਲ ਕੇ ਗਠਜੋੜ ਕਰਕੇ ਨੀਤੀਆਂ ਤੇ ਫੈਸਲੇ ਲੈਣ ਇਹ ਵੀ ਸਪਸ਼ਟ ਨਹੀਂ ਹੈ ਰਾਜਨੀਤਿਕ ਜਿਹੜਾ ਸੰਚਾਰ ਹੈ ਕਿੰਨਾਂ ਹਾਲਾਤਾਂ ਵਿੱਚ ਕੀਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਨੇ ਕਿਸ ਤਰ੍ਹਾਂ ਤੇ ਕੰਟਰੋਲ ਕੀਤਾ ਜਾਏ ਇਹ ਵੀ ਸਪਸ਼ਟ ਨਹੀਂ ਹੈ ਨੰਬਰ 5 ਦੇਖੋ ਆਲਮੰਡ ਦੀ ਰਾਜਨੀਤਿਕ ਵਿਵਸਥਾ ਦਾ ਜਿਹੜਾ ਮਾਡਲ ਇਹ ਸਪਸ਼ਟ ਨਹੀਂ ਕਰਦਾ ਹੈ ਕਿ ਕਿ ਕਿਹੜੇ ਨਿਯਮ ਬਣਾਏ ਜਾਣ ਅਤੇ ਕਿਹੜੇ ਵਿਅਕਤੀਆਂ ਦੋ ਬਣਵਾਏ ਜਾਣ ਇਹ ਗੱਲ ਜਿਹੜੀ ਆਲਮਨ ਦੁਆਰਾ ਸਪਸ਼ਟ ਨਹੀਂ ਕੀਤੀ ਗਈ ਹੈ ਨੰਬਰ 6 ਦੇਖੋ ਨਿਯਮ ਲਾਗੂ ਕਰਨ ਦਾ ਕਾਰਜ ਕਿਹੜੇ ਵਿਅਕਤੀਆਂ ਦੁਆਰਾ ਕੀਤਾ ਜਾਏ ਅਤੇ ਨਿਯਮ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਤਾਂ ਇਹ ਵੀ ਸਪਸ਼ਟ ਨਹੀਂ ਹੈ ਨੈਕਸਟ ਦੇਖੋ ਨਿਜਮਾ ਦੇ ਅਨੁਸਾਰ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਣੇ ਚਾਹੀਦੇ ਹਨ ਇਹ ਵੀ ਆਲਮਨ ਦੁਆਰਾ ਸਪਸ਼ਟ ਨਹੀਂ ਕੀਤਾ ਗਿਆ ਤਾਂ ਦੇਖੋ ਉਪਰੋਕਤ ਸਾਰੇ ਵਿਚਾਰ ਚਰਤਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੇਸ਼ੱਕ ਆਲੋਚਕਾਂ ਦੁਆਰਾ ਇਸ ਸਿਧਾਂਤ ਦੀ ਆਲੋਚਨਾ ਕੀਤੀ ਗਈ ਹੈ ਪਰੰਤੂ ਫਿਰ ਵੀ ਰਾਜਨੀਤਿਕ ਵਿਵਸਥਾ ਨੂੰ ਪੇਸ਼ ਕਰਦਾ ਹੋਇਆ ਆਲਮੰਟ ਦਾ ਇਹ ਜਿਹੜਾ ਵਿਵਸਥਾ ਰਾਜਨੀਤਿਕ ਵਿਵਸਥਾ ਦਾ ਮਾਡਲ ਹੈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇੱਕ ਲੜੀ ਵਿੱਚ ਭਰੋਇਆ ਹੈ ਉਹਨਾਂ ਨੇ ਨਿਵੇਸ਼ ਕਰਜਾਂ ਨੂੰ ਅਤੇ ਨਿਵੇਸ਼ ਕਰਜਾਂ ਵਿੱਚ ਕੀ ਕੀ ਜ਼ਰੂਰੀ ਹੈ ਉਸ ਤੋਂ ਬਾਅਦ ਨਿਕਾਸ ਕਰਜ ਦੱਸਿਆ ਉਹਨਾਂ ਨੇ ਕਿ ਅਗਰ ਨਿਕਾਸ ਕਰਜ ਹੋਣੇ ਹੋਣ ਤਾ ਉਹ ਕਿਸ ਤਰ੍ਹਾਂ ਦੇ ਨਿਯਮ ਹੋਣੇ ਚਾਹੀਦੇ ਹਨ ਕਿਸ ਤਰ੍ਹਾਂ ਲਾਗੂ ਹੋਣੇ ਚਾਹੀਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਤੇ ਫੈਸਲੇ ਦੇਣੇ ਚਾਹੀਦੇ ਹਨ ਇਸ ਪ੍ਰਕਾਰ ਉਹ ਕਹਿੰਦੇ ਹਨ ਕਿ ਰਾਜਨੀਤਿਕ ਵਿਵਸਥਾ ਹੋਣੀ ਚਾਹੀਦੀ ਹੈ ਲੇਕਿਨ ਉਹ ਨਿਯਮਵੱਧ ਤਰੀਕੇ ਨਾਲ ਹੋਣੀ ਚਾਹੀਦੀ ਹੈ ਤਾਂ ਦੇਖੋ ਦੋਸਤੋ ਇਹ ਸੀ ਡੇਵਿਡ ਇਸਟਰਨ ਤੋਂ ਬਾਅਦ ਆਲਮੰਡ ਦੁਆਰਾ ਜਿਹੜਾ ਪ੍ਰਸਤੁਤ ਕੀਤਾ ਗਿਆ ਰਾਜਨੀਤਿਕ ਵਿਵਸਥਾ ਦਾ ਮਾਡਲ ਇਹ ਗ੍ਰੈਜੂਏਸ਼ਨ ਵਾਲੇ ਬੱਚੇ ਵੀ ਇਸ ਮਾਡਲ ਨੂੰ ਚੁੱਕ ਸਕਦੇ ਹਨ ਪੜ੍ਹ ਸਕਦੇ ਹਨ ਅਤੇ अच्छे मार्क्स ਲੈ ਸਕਦੇ ਨੇ ਇਸ ਮਾਡਲ ਦੇ ਦੁਆਰਾ ਮਾਡਲ ਬਣਾਉਣ ਆਪ ਜੀ ਲਈ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਆਪ ਜੀ ਅੱچھے ਮਾਰਕਸ ਜਿਹੜੇ ਹਨ ਉਸ ਤੋਂ ਗੈਟ ਕਰ ਸਕਦੇ ਹੋ ਤਾਂ ਦੇਖੋ ਇਹ ਐਸੀ ਵੀਡੀਓ ਦਾ ਸੈਕਿੰਡ ਪਾਰਟ ਇਸ ਤੋਂ ਬਾਅਦ ਆਪ ਜੀ ਨਾਲ ਥਰਡ ਪਾਰਟ ਇਸ ਵੀਡੀਓ ਦਾ ਫਿਰ ਸ਼ੇਅਰ ਕਰਾਂਗੇ ਜਿਸ ਵਿੱਚ ਰਾਜਨੀਤਿਕ ਵਿਵਸਥਾ ਸਮਾਨਤਾਵਾਂ ਅਸਮਾਨਤਾਵਾਂ ਸਿਮਿਲੈਰਿਟੀ ਡਿਸਿਮਿਲੈਰਿਟੀਆਂ ਆਪ ਜੀ ਨਾਲ ਸ਼ੇਅਰ ਕਰਾਂਗੇ ਤਾਂ ਆਪ ਜੀ ਵੀਡੀਓ ਨੂੰ ਬਹੁਤ-ਬਹੁਤ ਵਾਚ ਕਰਨਾ ਔਰ ਸ਼ੇਅਰ ਕਰਨਾ ਜਿਹੜੇ ਬੱਚਿਆਂ ਨੂੰ ਜ਼ਰੂਰਤ ਹੈ ਨੋਟਸ ਦੀ ਔਰ ਇਸ ਵੀਡੀਓ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿਉਂਕਿ ਬੁੱਕ ਥੋੜੀ ਜੀ ਹਲਕੀ ਜੀ ਟਫ ਹੈ ਬੇਸ਼ੱਕ ਆਪ ਜੀ ਨੇ ਗ੍ਰੈਜੂਏਸ਼ਨ ਵਿੱਚ ਪੜ੍ਹਿਆ ਪੜਿਆ ਹੈ ਲੇਕਿਨ ਇਸ ਨੂੰ ਇੱਕ ਵਿਵਸਥਾ ਦੇ ਨਾਲ ਜੋੜ ਕੇ ਆਪ ਜੀ ਨਾਲ ਸਾਂਝਾ ਕੀਤਾ ਗਿਆ ਹੈ ਸਿਲੇਬਸ ਦੇ ਵਿੱਚ ਬਹੁਤ ਜਲਦੀ ਆਪ ਜੀ ਨਾਲ ਇਸ ਬੁੱਕ ਦਾ ਸਿਲੇਬਸ ਵੀ ਸਾਂਝਾ ਕਰਾਂਗੇ ਹੋਰ ਬੁੱਕਸ ਦਾ ਵੀ ਸਿਲੇਬਸ ਸਾਂਝਾ ਕਰਾਂਗੇ ਵੀਡੀਓ ਵਾਚ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ